ਕੀ ਤੁਸੀਂ 12th ਦੇ ਐਗਜ਼ਾਮ ਦਿੱਤੇ ਹੈ ਔਰ ਇੱਕ ਅੱਛੀ ਕੰਸਲਟੈਂਸੀ ਦੀ ਖੋਜ ਵਿੱਚ ਹੋ ਤਾਂ ਵੈਨਿਊਰ ਇੰਗਲਿਸ਼ ਲੈ ਕੇ ਆਇਆ ਸਪੈਸ਼ਲ ਆਫਰ ਔਨ ਸਟੱਡੀ ਵੀਜ਼ਾ ਹੁਣ ਤੁਸੀਂ ਕੰਸਲਟੈਂਸੀ ਚਾਰਜਸ ਦੇ ਸਕਦੇ ਹੋ ਆਫਟਰ ਵੀਜ਼ਾ ਜੀ ਹਾਂ ਹੁਣ ਤੁਹਾਨੂੰ ਐਟ ਫਰੰਟ ਕੋਈ ਕੰਸਲਟੈਂਸੀ ਦੇਣ ਦੀ ਜ਼ਰੂਰਤ ਨਹੀਂ ਹੈ ਜਦੋਂ ਤੁਹਾਡਾ ਵੀਜ਼ਾ ਆਏਗਾ ਫੀਸ ਆਫ ਕੰਸਲਟੈਂਸੀ ਵਿਲ ਬੀ ਆਫਟਰ ਦਾ ਵੀਜ਼ਾ ਸੋ ਅਗਰ ਤੁਸੀਂ 12th ਕਲੀਅਰ ਕੀਤੀ ਹੈ ਆਇਲਸ ਕਰ ਚੁੱਕੇ ਹੋ ਤਾਂ ਆਪਣੀ ਫਰਦਰ ਗਾਈਡੈਂਸ ਲਈ ਸਾਡੇ ਕੋਲ ਵੈਨਿਊਰ ਇੰਗਲਿਸ਼ ਦੇ ਆਫਿਸ ਰਾਏਕੋਟ ਰੋਡ ਓਪੋਜ਼ਿਟ ਸੋਨਾਲੀਕਾ ਟਰੈਕਟਰ ਏਜੰਸੀ ਜ਼ਰੂਰ ਆਓ ਮੈਂ ਲਵਪ੍ਰੀਤ ਵਰਮਾ ਫਾਊਂਡਰ ਵੈਨਿਊਰ ਇੰਗਲਿਸ਼ ਹੈਵਿੰਗ ਮੋਰ ਦੈਨ 10 ਈਅਰਸ ਆਫ ਐਕਸਪੀਰੀਅੰਸ ਇਨ ਦਾ ਇਮੀਗ੍ਰੇਸ਼ਨ ਡੋਮੇਨ ਮੇਰੀ ਖੁਦ ਮਾਸਟਰਸ ਕੈਨੇਡਾ ਹੰਬਰ ਕਾਲਜ ਤੋਂ ਕੀਤੀ ਹੈ ਸਾਡੇ 250 ਡਾਇਰੈਕਟ ਆਈਐਪਸ ਨੇ ਕੈਨੇਡਾ ਦੇ ਵਿੱਚ ਅਸੀਂ ਤੁਹਾਨੂੰ ਤੁਹਾਡੀ ਡਰੀਮ ਕੰਟਰੀ ਡਰੀਮ ਲੋਕੇਸ਼ਨ ਦੇ ਵਿੱਚ ਹੈਲਪ ਕਰਾਂਗੇ ਐਡਮਿਸ਼ਨ ਲੈਣ ਵਾਸਤੇ ਜਿਹੜਾ ਵੀ ਕਾਲਜ ਤੁਹਾਨੂੰ ਚਾਹੀਦਾ ਹੈ ਵੀ ਹੈਵ ਆਲਮੋਸਟ 250 ਡਾਇਰੈਕਟ ਆਈਐਪਸ ਇਨ ਪਬਲਿਕ ਕਾਲਜ ਐਂਡ ਯੂਨੀਵਰਸਿਟੀਜ਼ ਕਿਸੇ ਵੀ ਪ੍ਰਾਈਵੇਟ ਕਾਲਜ ਵਿੱਚ ਅਸੀਂ ਡੀਲ ਨਹੀਂ ਕਰਦੇ ਸਾਰੇ ਕਾਲਜਿਜ਼ ਐਂਡ ਯੂਨੀਵਰਸਿਟੀਜ਼ DLI ਅਪਰੂਵਡ ਨੇ ਹੁਣ ਜਿਸ ਤਰ੍ਹਾਂ ਅਗਰ ਤੁਸੀਂ PT ਕੀਤਾ ਹੈ ਤਾਂ PT ਦੀ ਫਾਈਲਸ ਵੀ ਆਪਾਂ ਕੈਨੇਡਾ ਦੇ ਵਿੱਚ ਲਗਾ ਸਕਦੇ ਹਾਂ SDS ਪ੍ਰੋਗਰਾਮ ਦੇ ਅੰਡਰ ਜੋ ਕਿ 10 ਅਗਸਤ ਤੋਂ ਅਨੇਬਲ ਹੋ ਜਾਣੀ ਹੈ ਕੈਨੇਡਾ ਗੌਰਮੈਂਟ ਦੇ ਵੱਲੋਂ ਸੋ ਆਇਲਸ ਕੀਤਾ PT ਕੀਤਾ ਟਫਲ ਕੀਤਾ ਵੀ ਕੈਨ ਅਪਲਾਈ ਕੈਨੇਡਾ ਸਟੱਡੀ ਵੀਜ਼ਾ ਸੋ ਅੱਜ ਹੀ ਆਓ ਔਰ ਆਪਣੀ ਅਸੈਸਮੈਂਟ ਕਰਵਾਓ ਤਾਂ ਕਿ ਅਸੀਂ ਫਰਦਰ ਜਨਵਰੀ ਸੈਸ਼ਨ ਜਾਂ ਮਈ ਸੈਸ਼ਨ ਵਾਸਤੇ ਤੁਹਾਡਾ ਪਲੈਨ ਕਰ ਸਕੀਏ ਸਤਿ ਸ਼੍ਰੀ ਅਕਾਲ